ਇਹ ਤਜਰਬਾ ਵਿਗਿਆਨਿਕ ਹੈ ਅਤੇ ਬੁਝਾਰਤਾਂ ਦੀ ਤਰ੍ਹਾਂ ਵੀ ਹੈ। ਤੁਹਾਨੂੰ 2 ਪਲਾਸਟਿਕ ਦੇ ਗਲਾਸ, 2 ਗੇਂਦਾਂ, 1 ਪੈਨਸਿਲ ਅਤੇ ਰਬੜ ਦੀ ਗੂੰਦ ਚਾਹੀਦੀ ਹੈ। 2 ਗੇਂਦਾਂ ਨੂੰ ਗਲਾਸ ਵਿੱਚ ਪਾਓ ਅਤੇ ਗਲਾਸ ਦੀ ਸਾਰੀ ਰਿਮ ਉੱਪਰ ਗੂੰਦ ਲਗਾ ਦਿਓ। ਪਹਿਲੇ ਗਲਾਸ ਦੇ ਉੱਪਰ ਦੂਜਾ ਗਲਾਸ ਚਿਪਕਾ ਦਿਓ। ਹੁਣ ਜੇ ਗੇਂਦਾਂ ਨੂੰ ਵੱਖ ਕਰਨ ਨੂੰ ਕਿਹਾ ਜਾਏ ਤਾਂ ਇਹ ਬਹੁਤ ਔਖਾ ਹੋਵੇਗਾ, ਪਰ ਜੇ ਗਲਾਸਾਂ ਨੂੰ ਟੇਬਲ 'ਤੇ ਘੁਮਾਓ ਤਾਂ ਗੇਂਦਾਂ ਵੱਖ ਵੱਖ ਹੋ ਜਾਣਗੀਆਂ। ਇਸ ਨਾਲ ਗੇਂਦਾਂ ਕਿਨਾਰੇ ਵੱਲ ਜਾਣਗੀਆਂ। ਇੱਕ ਪੈਨਸਿਲ ਨੂੰ ਵਿਚਾਲੋ ਜੋੜ ਦਵੋ ਜਿਸ ਨਾਲ ਗਲਾਸ ਚੰਗੀ ਤਰ੍ਹਾਂ ਘੁੰਮਣਗੇ। ਤੁਸੀਂ ਪੈਨਸਿਲ ਨੂੰ ਆਪਣੀਆਂ ਹਥੇਲੀਆਂ ਵਿੱਚ ਵੀ ਘੁਮਾ ਸਕਦੇ ਹੋ। ਗਲਾਸ ਘੁੰਮਣਗੇ ਤਾਂ ਗੇਂਦਾਂ ਸੈਂਟਰੀਫਿਊਗਲ ਫੋਰਸ ਕਾਰਨ ਗਲਾਸ ਦੇ ਹੇਠਾਂ ਵੱਲ ਚਲੇ ਜਾਣਗੀਆਂ।